ਹਾਂਜੀ ਕਿੱਦਾਂ ਮਿੱਤਰੋ, ਕੀ ਹਾਲ ਚਾਲ, ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਕਹਿੰਦੇ ਅੱਜ ਮਿੱਤਰੋ ਹੋਣ ਜਾ ਰਿਹਾ ਸਿਰਾ, ਅੱਜ ਆਪਾਂ ਟਰੈਕਟਰ ਮੋਡੀਫਾਈ ਕਰਾ ਦੇਣੇ ਆ ਮਿੱਤਰੋ ਦੋ। ਪਹਿਲਾਂ ਤਾਂ ਆਪਾਂ ਕਰਾ ਦੇਣਾ ਮਿੱਤਰੋ ਅਰਜਨ, ਤੁਹਾਨੂੰ ਕਿਹਾ ਸੀ ਪਿਛਲੀ ਵੀਡੀਓ ਦੇ ਵਿੱਚ ਕਿ ਮੈਨੂੰ ਜਮਾਂ ਨਹੀਂ ਸੋਹਣਾ ਲੱਗਦਾ ਪਿਆ, ਇਹਨੂੰ ਪੂਰਾ ਵਧੀਆ ਮੋਡੀਫਾਈ ਕਰਾਂਗੇ, ਪਾਲਛਾ ਪੂਲਛਾ ਮਰਾ ਕੇ ਤਾਂ ਰੰਗ ਰੁੰਗ ਵੀ ਸੈੱਟ ਕਰਾਵਾਂਗੇ ਕਿਉਂਕਿ ਪੁਰਾਣਾ ਜਿਹਾ ਲਿਆ ਸੀ ਇਹ ਆਪਾਂ। ਅਤੇ ਦੂਜਾ ਆਪਾਂ ਮਿੱਤਰੋ ਆਹਲਾ 855 ਇਹ ਜਮਾਂ ਡਾਇਨੋਸਾਰ ਵਰਗਾ ਕਨਵਰਟ ਕਰਾਵਾਂਗੇ, ਠੀਕ ਹੈ, ਪੂਰਾ ਸਿਰਾ ਹੋ ਜੂਗਾ। ਅਤੇ ਬਾਕੀ ਹੋਲੈਂਡ ਦਾ ਮਿੱਤਰੋ ਥੋੜੀ ਮੋਡੀਫਿਕੇਸ਼ਨ ਕਰਤੀ ਆਪਣੇ 56 ਦੀ, ਸੀਟਿੰਗ ਵਾਲਾ ਟਰੈਕਟਰ ਹੈ, ਮਾੜੀ ਮੋਟੀ ਗੱਲ ਥੋੜ੍ਹਾ ਹੈ। ਅਤੇ ਚੈੱਕ ਕਰੋ ਮਿੱਤਰੋ ਮਗਰਲੇ ਟਾਇਰ ਜਿਹੜਾ ਨੰਬਰ ਵਧਾਤਾ ਮਿੱਤਰੋ 420-85 RR 38 ਰੇਡੀਅਲ ਟਾਇਰ, ਕਹਿੰਦੇ ਮੂਹਰਲੇ ਵੀ ਕਹਿੰਦੇ ਸਿਰਾ ਹੀ ਹੋ ਗਿਆ ਮਿੱਤਰੋ। ਪਹਿਲਾਂ ਭੀੜੇ ਭੀੜੇ ਜਿਹੇ ਟਾਇਰ ਸੀ, ਹੁਣ ਮਤਲਬ ਚੌੜੇ ਹੋ ਗਏ, ਪਹਿਲਾਂ ਪਤਲੇ ਜਿਹੇ ਸੀ ਹੁਣ ਚੌੜੇ ਕਰਤੇ ਟਾਇਰ ਫੁੱਲ। ਅਤੇ ਮੈਂ ਕਹਿੰਦਾ ਦੇਖਣ 'ਚ ਵੀ ਬਾਈ ਸਿਰਾ ਹੀ ਲੱਗਦਾ ਪਿਆ, ਦੈਂਤ ਜਿਹਾ ਲੱਗਦਾ, ਮੱਡਗਣਾਂ ਦੇ ਵਿੱਚ ਆਉਂਦੇ ਪਏ ਆ। ਅਤੇ ਇਹਦੇ ਵੀ ਮਿੱਤਰੋ ਆਪਾਂ ਟਾਇਰ ਟੂਰ ਬਦਲਾਵਾਂਗੇ, ਠੀਕ ਹੈ, ਮੂਹਰੇ ਚੌੜੇ ਟਾਇਰ ਪਾਵਾਂਗੇ, ਮਤਲਬ ਐਗਜੈਕਟ ਸੇਮ ਡਾਇਨਾਸੌਰ ਵਰਗਾ। ਅਤੇ ਇਹਨੂੰ ਵੀ ਨਵਾਂ ਡੈੱਕ ਡੁੱਕ ਸਾਰਾ ਕੁਛ, ਹਜੇ ਤੱਕ ਐਫ ਐਸ ਦੇ ਵਿੱਚ ਨਹੀਂ ਕਿਸੇ ਨੇ ਬਣਾਇਆ। ਸੋ ਆਪਾਂ ਬਣਾਉਂਦੇ ਹਾਂ, ਜਾ ਕੇ ਕਰਦੇ ਹਾਂ ਇਹਨੂੰ ਲੋਡ। ਪਹਿਲਾਂ ਸਾਰਿਆਂ ਨੂੰ ਆਪਾਂ ਕੀ ਕੰਮ ਕਰਨਾ ਵਾ, ਇਹਨੂੰ ਲੋਡ ਕਰੀਏ ਟਰੈਕਟਰਾਂ ਨੂੰ, ਦੋਨਾਂ ਨੂੰ ਇੱਥੇ ਲੋਡ ਕਰ ਦੇਵੇ। ਸੋ ਮਿੱਤਰੋ ਨਾਲ ਨਾਲ ਆਪਣੀ ਫਾਰਮਿੰਗ 'ਚ ਵੀ ਚੱਲਦੀ ਪਈ ਹੈ, ਜਿਵੇਂ ਕਿ ਤੁਹਾਨੂੰ ਦੇਖਣ ਨੂੰ ਮਿਲਦੀ ਉਹ ਹਰੀ ਕਣਕ ਅੱਜ, ਉੱਤੇ ਯੂਰੀਆ ਵੀ ਪਾਉਣੀ ਆਪਾਂ। ਸੋ ਯੂਰੀਆ ਵਾਲੀ ਮਸ਼ੀਨ ਲੈ ਕੇ ਆਵਾਂਗੇ ਅਤੇ ਮਸ਼ੀਨ ਨਾਲ ਪਾਵਾਂਗੇ, ਪਹਿਲਾਂ 855 ਲੋਡ ਕਰ ਦੇਵੇ ਮਿੱਤਰੋ। ਚੱਕਰ ਪੈ ਗਿਆ ਆਪਣਾ ਜਿਹੜਾ ਟ੍ਰੇਲਰ ਹੈ ਛੋਟਾ ਵਾ, ਅਤੇ ਕੀ ਕਰੀਏ ਫਿਰ, ਇਹਨੂੰ ਐਂ ਕਰਦੇ ਹਾਂ ਮਿੱਤਰੋ 855 ਹੀ ਉੱਤੇ ਖੜਾਉਂਦੇ ਹਾਂ, ਠੀਕ ਹੈ ਜੀ। ਇਹਨੂੰ ਇੱਕ ਮਿੰਟ ਅਰਜਨ ਨੂੰ ਪਾਸੇ ਕਰੀਏ, ਪਹਿਲਾਂ ਤਾਂ ਅਰਜਨ ਦੀ ਆਵਾਜ਼ ਸੁਣੋ ਯਾਰ ਬਾਈ ਕਿਵੇਂ ਦੀ ਆ ਬਾਈ, ਇਹਦੀ ਆਵਾਜ਼ ਬੂਝ ਵੀ ਚੇਂਜ ਕਰਾ ਦੇਣੀ, ਸਲੰਸਰ ਸਲੂੰਸਰ ਜਦੋਂ ਤਗੜੇ ਪੈ ਗਏ ਨਾ, ਮੈਂ ਕਹਿੰਦਾ ਫਰਕ ਹੀ ਪੈ ਜਾਣਾ ਪੂਰਾ। ਤੋ ਆਹ ਕਰਤਾ ਓਕੇ, ਅਤੇ ਇਹਨੂੰ ਕਰ ਲਗੇ ਬੰਦ, ਬੈਲਟਾਂ ਬੁਲਟਾਂ ਪਾ ਤੀਆਂ। ਮੈਨੂੰ ਪਤਾ ਮਿੱਤਰੋ ਪਿਛਲੀ ਵੀਡੀਓ ਦੇ ਵਿੱਚ ਕਮੈਂਟਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਕਿਹਾ ਸੀ ਕਿ 911 ਲੈ ਕੇ ਉਹ 911 ਲੈ ਕੇ ਆਉਣਾ ਸੀ ਮਿੱਤਰੋ, 911 ਦੇ ਥੋੜ੍ਹਾ ਜਿਹਾ ਕੰਮ ਚੱਲਦਾ ਪਿਆ ਹਜੇ, ਠੀਕ ਹੈ, ਗੇਮ ਦੇ ਲਈ ਤਿਆਰ ਕਰਦੇ ਪਏ ਆ, ਜਲਦੀ ਲੈ ਕੇ ਆਵਾਂਗੇ। ਅਤੇ ਆਹ ਚੱਕੀਏ ਡੰਡਾ, ਅਤੇ ਤੁਸੀਂ ਕਹਿੰਦੇ ਹੋਵੋਗੇ ਕਿ ਆਹ ਦੋਨੇ ਟਰੈਕਟਰ ਹੀ ਲੈ ਜਾਈਏ ਨਾ, ਮਤਲਬ ਅਰਜਨ ਲੱਦ ਕੇ ਅਤੇ ਦੂਜਾ, ਪਰ ਚੱਕਰ ਮਿੱਤਰੋ ਇੱਕ ਹੋਰ ਪੈ ਗਿਆ ਨਾ, ਉੱਧਰੋਂ ਆਪਾਂ ਮਸ਼ੀਨ ਵੀ ਲੈ ਕੇ ਆਉਣੀ ਆ, ਇੱਕ ਟਰਾਲਾ ਅਤੇ ਇੱਕ ਮਸ਼ੀਨ, ਦੋ ਚੀਜ਼ਾਂ ਲੈ ਕੇ ਆਉਣੀਆਂ ਉੱਧਰ ਆਪਣਾ, ਠੀਕ ਹੈ ਜੀ। ਟਰਾਲਾ ਵੀ ਸੱਚ ਨਵਾਂ, ਤੁਹਾਨੂੰ ਦੱਸਣਾ ਭੁੱਲ ਗਿਆ, ਨਵਾਂ ਟਰਾਲਾ ਵੀ ਆ ਚੁੱਕਿਆ ਮਿੱਤਰੋ, ਉਹ ਵੀ ਚੈੱਕ ਕਰਿਓ ਬਾਈ, ਮੈਂ ਕਹਿੰਦਾ ਸਿਰਾ ਹੀ ਮੌਲ ਹੋਇਆ ਪਿਆ। ਲਓ ਵੀ ਮਿੱਤਰੋ ਕਰ ਲਏ ਲੋਡ ਟਰੈਕਟਰ 'ਤੇ, ਕਹਿੰਦੇ ਆਹ ਦੋਨੇ ਮੋਡੀਫਾਈ ਹੋਣ ਵਾਸਤੇ ਜਾਣੇ ਆ, ਅਤੇ ਸਿਰਾ ਹੀ ਹੋ ਜੂਗਾ ਮਿੱਤਰੋ, ਪੂਰੇ ਘੈਂਟ ਮੋਡੀਫਾਈ ਹੋਣਗੇ। ਵੈਸੇ ਤਾਂ ਥੰਬਨੇਲ ਦੇ ਵਿੱਚ ਥੋੜ੍ਹਾ ਜਿਹਾ ਦੇਖ ਲਿਆਊਗਾ ਤੁਸੀਂ। ਓਏ ਹੋਏ ਹੋਏ ਹੋਏ, ਆ ਕੀ ਬ੍ਰੇਕ ਬਰੂਕ ਲੱਗੇ ਪਏ ਆ ਕਿ ਕੀ ਚੱਕਰ ਪਿਆ ਪਿਆ, ਐਂ ਹੋਲੈਂਡ ਦਾ ਮਿੱਤਰੋ ਜ਼ੋਰ ਹੀ ਬੜਾ ਲੱਗੀ ਜਾਂਦਾ, ਪਤਾ ਨਹੀਂ ਕੀ ਚੱਕਰ ਪੈ ਗਿਆ। ਚੱਲ 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 ਮਾਰ ਜ਼ੋਰ, ਉਹ ਤੇਰੀ ਅੱਗਾ, ਓ ਹੋ 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 ਹੋ, ਮੈਨੂੰ ਲੱਗਦਾ ਇਹ ਜਾਣਾ ਹੀ ਨਹੀਂ ਮਿੱਤਰੋ ਯਾਰ, ਕੁਛ ਚੱਕਰ ਹੋਰ ਹੀ ਪੈ ਗਿਆ ਯਾਰ ਚਾਚਾ ਜੀ। ਸੋ ਮਿੱਤਰੋ ਐਂ ਦੋਨੇ ਟਰੈਕਟਰ ਲੋਡ ਕਰਕੇ ਨਹੀਂ ਲਿਜਾ ਪਾ ਰਹੇ, ਅਤੇ ਇਹਦੇ ਟ੍ਰੇਲਰ ਦੇ ਮਗਰ ਹੁੱਕ ਵੀ ਹੈਣੀ, ਨਹੀਂ ਤਾਂ ਆਪਾਂ ਦੋ ਇੱਕ ਲੋਡਰ ਹੋਰ ਲਿਆਉਣਾ ਸੀ, ਆਂਢੀਆਂ ਗਵਾਂਢੀਆਂ ਤੋਂ ਮੰਗ ਕੇ ਉਵੇਂ ਲੈ ਜਾਣਾ ਸੀ। ਚਲੋ ਕੋਈ ਨਾ, ਪਹਿਲਾਂ ਆਪਾਂ ਅਰਜਨ ਲੈ ਕੇ ਚੱਲਦੇ ਹਾਂ ਉੱਥੇ। ਓਏ 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 ਓਏ, ਆ ਗਈ ਬਾਈ ਡਰਾਈਵਰੀ, ਫਿਰ ਤੁਹਾਨੂੰ ਪਤਾ ਥੋੜ੍ਹੀ ਕੱਬੀ ਹੈ ਆਪਣੀ। ਸੋ ਪਹਿਲਾਂ ਆਪਾਂ ਦੋਨੇ ਟਰੈਕਟਰ ਛੱਡੇ ਆਉਂਦੇ ਹਾਂ ਉੱਥੇ, ਅਤੇ ਦੈਨ ਆਪਾਂ ਉੱਥੋਂ ਟਰਾਲਾ ਟਰੂਲਾ ਲਿਆਵਾਂਗੇ, ਉੱਧਰੋਂ ਬੱਸ ਚੜ੍ਹ ਕੇ ਆ ਜਾਵਾਂਗੇ, ਅਤੇ ਫਿਰ ਇੱਧਰੋਂ ਹੋਲੈਂਡ ਲੈ ਜਾਵਾਂਗੇ। ਮਿੱਤਰੋ ਚੈੱਕ ਕਰੋ ਯਾਰ, ਦੋਨੇ ਟਰੈਕਟਰ ਇੰਨੇ ਸੋਹਣੇ ਨਹੀਂ ਲੱਗਦੇ ਬਈ ਜਿੰਨੇ ਹੁਣ ਸੋਹਣੇ ਲੱਗਣੇ ਆ ਕੰਮ ਕੁੰਮ ਹੋਣ ਤੋਂ ਬਾਅਦ, ਕਿਉਂਕਿ ਉਹਨਾਂ ਨੇ ਫੋਟੋਆਂ ਦਿਖਾ ਦੀਆਂ ਕਿ ਬਈ ਅਸੀਂ ਇੱਦਾਂ ਦਾ ਮੋਡੀਫਾਈ ਕਰ ਦਾਂਗੇ। ਜਾਂਸੀ ਦੇ ਵਿੱਚ ਛੱਡ ਕੇ ਆਉਣੇ ਆ, ਅਤੇ ਆਪਾਂ ਨੂੰ ਸ਼ਾਮ ਜਿਹੇ ਨੂੰ ਮਿਲਣਗੇ, ਅਤੇ ਸ਼ਾਮ ਨੂੰ ਜਾ ਕੇ, ਸ਼ਾਮ ਨੂੰ ਵੀ ਮੈਂ ਕਹਿੰਦਾ ਕੱਲ੍ਹ ਨੂੰ ਹੀ ਲਿਆਵਾਂਗੇ, ਇੱਕ ਦਿਨ ਟਪਾ ਕੇ ਉਹਦਾ ਟਾਈਮ 'ਚ ਆਪਾਂ ਰੇਰੂ ਪਾ ਦਾਂਗੇ, ਅਤੇ ਬਾਅਦ 'ਚ ਤਾਂ ਬਸ ਮਿੱਤਰੋ ਸਿਰਾ ਲੁੱਕ ਆਊਗੀ ਜਿਹੜੀ ਆਉਣੀ ਆ। ਸੋ ਮਿੱਤਰੋ ਜੇ ਵੀਡੀਓ ਦੇ ਵਿੱਚ ਸਵਾਦ ਆ ਰਿਹਾ ਤਾਂ ਜਲਦੀ ਜਲਦੀ ਲਾਈਕ ਕਰ ਦਿਉ, ਅਤੇ 911 ਮੈਨੂੰ ਪਤਾ ਵਾ, 911 ਹੁਣ ਦੁਬਾਰਾ ਕਮੈਂਟ ਨਾ ਕਰਿਓ, 911 ਦਾ 911 ਲੈ ਕੇ ਆਵਾਂਗੇ। ਅਤੇ 911 ਹੀ ਕਿਹਾ ਸੀ ਨਾ ਵੈਸੇ, ਮੈਂ ਇੱਕ ਸੋਨਾ ਲੀਕਾ ਕਿਹਾ ਸੀ ਹੈ ਨਾ, ਪਰ ਸੋਨਾ ਲੀਕਾ ਯਾਰ ਜਨਤਾ ਨੇ ਕਮੈਂਟ ਘੱਟ ਕੀਤੇ ਆ, ਠੀਕ ਹੈ, ਅਤੇ ਬਾਈ ਤੁਸੀਂ ਕਮੈਂਟ ਘੱਟ ਕੀਤੇ, ਸੋਨਾ ਲੀਕਾ ਫਿਰ ਕੈਂਸਲ ਕਰਤਾ ਹਜੇ। ਸੋ ਤਾਂ ਕਰਕੇ ਇਕੱਲਾ 911 ਲਿਆਵਾਂਗੇ, ਅਤੇ ਅੱਜ ਦਾ ਗੇਰਾ ਮੋਡੀਫਾਈ ਕਰ ਰਹੇ ਹਾਂ, ਟਰਾਲਾ ਬਹੁਤ ਘੈਂਟ ਮਿੱਤਰੋ, ਤੁਹਾਨੂੰ ਟਰਾਲਾ ਦਿਖਾਉਣਾ, ਤੁਸੀਂ ਕਹਿਣਾ ਬਾਈ ਹੈਪੀ ਆਹ ਟਰਾਲੇ ਵਾਲਾ ਤਾਂ ਬੜਾ ਸਿਰਾ ਹੋ ਗਿਆ।
ਲਓ ਵੀ ਮਿੱਤਰੋ ਪਹੁੰਚ ਗਏ, ਕਹਿੰਦੇ ਕਿੱਥੇ ਪਹੁੰਚ ਗਏ, ਜਾਂਸੀ ਦੇ ਵਿੱਚ ਪਹੁੰਚ ਗਏ। ਇੱਥੇ ਹੀ ਮਿੱਤਰੋ ਜਾਂਸੀ ਸਟੋਰ ਸਾਰਾ ਕੁਛ ਇੱਥੇ ਹੀ ਹੁੰਦਾ, ਇੱਥੇ ਹੀ ਮੋਡੀਫਾਈ ਹੁੰਦਾ ਅਤੇ ਸਾਹਮਣੇ ਤੁਹਾਨੂੰ ਖੜਾ ਆਪਣਾ ਟਰਾਲਾ ਤਾਂ ਦੀਂਦਾ ਹੀ ਹੋਊਗਾ। ਸੋ ਮਿੱਤਰੋ ਟਰਾਲੇ ਵੱਲ ਨਿਗਾਹ ਥੋੜ੍ਹੀ ਬਾਅਦ 'ਚ ਦਿਖਾਵਾਂਗੇ ਤੁਹਾਨੂੰ ਟਰਾਲਾ, ਪਹਿਲਾਂ ਖੜ ਜਾਓ, ਪਹਿਲਾਂ ਆਪਾਂ ਟਰੈਕਟਰ ਅਨਲੋਡ ਕਰ ਲਈਏ ਅਤੇ ਆਹ ਚੱਕੋ। ਕਹਿੰਦੇ ਕੰਮ ਹੋ ਗਿਆ ਮਿੱਤਰੋ, ਪਹੁੰਚ ਗਏ ਹੁਣ ਟਰੈਕਟਰ, ਇਹਨਾਂ ਦੇ ਖਰਚਾ ਤਾਂ ਹੋਣਾ ਮੋਟਾ। ਆਹ ਚੱਕੋ ਬਾਈ, ਇੱਧਰ ਲਾ ਦੇ ਇਹਨੂੰ, ਇੱਥੇ ਇੱਥੇ ਕਰਕੇ ਲਾ ਦੇ। ਉਹਨਾਂ ਨੇ ਮੈਨੂੰ ਕਿਹਾ ਕਿ ਬਾਈ ਖੜਾ ਨਹੀਂ ਅਤੇ ਥੋੜ੍ਹੇ ਟਾਈਮ 'ਚ ਅਸੀਂ ਪਾਲਛਾ ਪੁਲਛਾ ਮਾਰ ਕੇ ਸਮਾਨ, ਕਹਿੰਦੇ ਓਕੇ ਹੁੰਦਾ ਸਾਡੇ ਕੋਲ ਫਿੱਟੜ ਕੰਪਨੀ ਫਿੱਟੜ, ਅਤੇ ਮਿੰਟੋ ਮਿੰਟ ਹੀ ਅਸੀਂ ਨਾਟ ਹੀ ਕਸਣੇ ਆ। ਸੋ ਦੇਖਦੇ ਹਾਂ ਮਿੱਤਰੋ ਕੀ ਬਣਦਾ ਅਤੇ ਕਰਕੇ 855 ਵੀ ਬੈਕ ਆਪਣਾ। ਇਹਦੇ ਤਾਂ ਟਾਇਰ ਟੂਰ ਬਾਹਲੇ ਘੈਂਟ ਵੇਖਿਆ ਬਾਈ ਮੈਂ, ਇਹਦੇ ਪਿਛਲੇ ਟਾਇਰ ਅਤੇ ਅਰਜਨ ਦੇ ਮੂਹਰਲੇ ਟਾਇਰ ਬਾਈ, ਦੋਨੇ ਟਰੈਕਟਰਾਂ ਦੇ ਡੈੱਕ ਡੁੱਕ, ਮੈਂ ਕਹਿੰਦਾ ਸਿਰਾ ਹੀ ਲੱਗ ਜਾਣਾ ਮਿੱਤਰੋ ਸਿਰਾ ਹੀ। ਆਹ ਤਾਂ ਜਮ੍ਹਾਂ ਡੈਨਾਸੋਰ ਦੀ ਆਪਾਂ ਕਾਪੀ ਬਣਾਉਣਾ, ਸੋ ਇਹਨੂੰ ਡੈਨਾਸੋਰ ਹੀ ਕਹਿ ਦਿੰਦੇ ਹਾਂ ਕਿ ਡੈਨਾਸੋਰ ਬਣੂਗਾ ਇਹ, ਅਤੇ ਆਹ ਅਰਜਨ ਤਾਂ ਮਿੱਤਰੋ ਸਿਰਾ ਹੀ। ਇਹਦਾ ਕੋਈ ਨਾਂ ਦੱਸਿਓ ਕਮੈਂਟਾਂ ਦੇ ਵਿੱਚ, ਇਹਦਾ ਆਪਾਂ ਕੋਈ ਨਾਂ ਰੱਖਾਂਗੇ, ਠੀਕ ਹੈ ਜੀ। ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਟਰਾਲਾ ਮਿੱਤਰੋ। ਸੋ ਮਿੱਤਰੋ ਚੈੱਕ ਕਰੋ ਆਪਣਾ TSB ਟਰਾਲਾ, ਅਤੇ ਕਿਆ ਬਾਤ ਹੈ, ਕਹਿੰਦੇ ਸਿਰਾ ਹੀ ਹੋਇਆ ਪਿਆ ਮਾਹੌਲ ਮਿੱਤਰੋ, ਇੱਕ ਨੰਬਰ, ਕਹਿੰਦੇ ਕਿਆ ਬਾਤ ਹੈ। ਇਹ 28 ਫੁੱਟ ਆ ਮਿੱਤਰੋ ਭਾਈ, ਬਹੁਤ ਲੰਮਾ ਟਰਾਲਾ। ਅਤੇ ਮਿੱਤਰੋ ਜਿਹੜੀ ਪਿਛਲੇ ਟਰਾਲਿਆਂ ਦੇ ਵਿੱਚ ਕਮੀ ਸੀਗੀ ਉਹਨਾਂ ਦੇ ਹਿੱਸਾ ਇੱਕ ਇੱਕ ਸੀਗਾ, ਅਤੇ ਇਹਦੇ 2 ਹਿੱਸੇ ਆ ਮਿੱਤਰੋ। ਸੋ ਇਹ ਜਦੋਂ ਫੁੱਲ ਭਰਿਆ ਹੁੰਦਾ ਵਾ ਟਰੈਕਟਰ ਦਾ ਬੜਾ ਜ਼ੋਰ ਨਹੀਂ ਲੱਗਦਾ, ਠੀਕ ਹੈ ਜੀ, ਟਰੈਕਟਰ ਆਰਾਮ ਨਾਲ ਖਿੱਚ ਲੈਂਦਾ। ਅਤੇ ਆਹ ਇੱਕ ਆਪਾਂ ਮਸ਼ੀਨ ਖਰੀਦ ਕੇ ਰੱਖੀ ਪਈ ਹੈ, ਇਹ 'ਚ ਆਪਾਂ ਕੀ ਕਹਿੰਦੇ ਹੁੰਦੇ ਆ, ਇਹ ਯੂਰੀਆ ਪਾ ਕੇ ਮਸ਼ੀਨ ਨਾਲ ਮਿੰਟੋ ਮਿੰਟ ਹੀ ਖਿਲਾਰ ਸਕਦੇ ਹਾਂ। ਸੋ ਹੁਣ ਚੱਲਦੇ ਹਾਂ ਆਪਾਂ ਫਿਰ ਖੇਤ, ਅਤੇ ਉੱਧਰੋਂ ਹੋਲੈਂਡ ਲੈ ਕੇ ਆਉਂਦਾ ਮਿੰਟੋ ਮਿੰਟ ਹੀ। ਮੈਂ ਕਹਿੰਦਾ ਹੋਲੈਂਡ ਲਿਆ ਕੇ ਹੀ ਮਿਲਦਾ ਤੁਹਾਨੂੰ। ਲਓ ਵੀ ਮਿੱਤਰੋ ਪਹੁੰਚ ਗਏ ਜਾਂਸੀ, ਅਤੇ ਮੇਰਾ ਕੰਮ ਕਰ ਗਿਆ ਮਿੱਤਰੋ ਦਿਮਾਗ, ਅਤੇ ਮੈਂ ਹਾਈਡ੍ਰੋਲਿਕਸ ਲਾ ਲਿਆ ਬਾਈ। ਓਏ 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 ਬਾਈ, ਆਹ ਕੀ ਸੀ, ਤੁਹਾਡੇ ਵੱਲ ਧਿਆਨ ਹੋ ਜਾਂਦਾ ਮਿੱਤਰੋ ਅਤੇ ਕੰਮ ਗਲਤ ਕਰ ਜਾਂਦਾ। ਮੂਹਰੇ ਹਾਈਡ੍ਰੋਲਿਕਸ ਲਾ ਲਿਆ ਆ, ਅਤੇ ਮਿੰਟੋ ਮਿੰਟ ਹੀ ਮੈਂ ਪਹੁੰਚਦਾ ਕਰਕੇ 56-20 ਆਪਣਾ, ਅਤੇ ਇਹਦੇ ਮੂਹਰੇ ਆਪਾਂ ਮਸ਼ੀਨ ਪਾ ਲੈਣੀ ਆ, ਮਸ਼ੀਨ ਦੇ ਵਿੱਚ ਆਪਾਂ ਰੇਹ ਭਰ ਲੈਣੀ ਆ। ਉਹ ਤੇਰੀ ਰੇਸਾ ਦਿੰਦਾ, ਕਿਆ ਬਾਤ ਹੈ। ਸੋ ਮਿੱਤਰੋ ਮੈਂ ਕਿਹਾ ਇੰਨੀ ਵਾਰ ਜਾਣਾ, 2-2 ਗੇੜੇ ਲਾਵਾਂਗੇ, ਇੱਕ ਵਾਰੀ 'ਚ ਹੀ ਕੰਮ ਕਰ ਚੱਲਦੇ ਆ ਬਾਈ। ਆਹ ਦੇਖੋ ਬਾਈ, ਆਹ ਮਸ਼ੀਨ ਹੈ, ਕਹਿੰਦੇ ਸਿਰਾ ਬਾਈ ਸਿਰਾ, ਇਹਦੇ ਮੂਹਰੇ ਲਾਈਟਾਂ ਵੀ ਹੈਗੀਆਂ, ਮੂਹਰੇ ਹੈਗੇ ਬੈਕ ਲਾਈਟਾਂ ਵਾ, ਸਹੀ ਬਣੇ ਹੈ ਤਾਂ ਬੈਕ ਲਾਈਟਾਂ ਹੀ, ਪਰ ਇਹ ਮੂਹਰੇ ਹੋ ਗਈਆਂ ਹੁਣ। ਅਤੇ ਲਓ ਵੀ ਮਿੱਤਰੋ, ਕਹਿੰਦੇ ਟਰਾਲਾ ਵੀ ਪਾ ਹੀ ਲਈਏ ਟਰਾਲਾ, ਕਿਆ ਬਾਤ ਹੈ। ਚਲੋ ਬਾਈ ਮਿੱਤਰੋ, ਹੁਣ ਹੋ ਗਏ ਤਿਆਰ ਪੂਰੇ, ਅਤੇ ਇਹਦੇ 'ਚ ਰੇਹ ਭਰ ਲਈਏ ਆਪਾਂ ਬਾਈ। ਉਹ ਤੇਰੀ ਬਾਈ, ਇਹ ਸੈਟਅਪ ਕਿੱਡਾ ਤਗੜਾ ਲੱਗਦਾ ਪਿਆ ਮਿੱਤਰੋ, ਚੈੱਕ ਕਰੋ ਮਾੜਾ ਜਿਹਾ ਯਾਰ। ਮੈਂ ਤੁਹਾਨੂੰ ਉੱਤਰ ਕੇ ਦਿਖਾਉਂਦਾ ਬਾਈ, ਆਹ ਦੇਖੋ ਕਿੱਡੀ ਮਸ਼ੀਨ ਆ, ਫਿਰ ਆਪਣਾ 56-20 ਚੌੜੇ ਟਾਇਰ ਵਾਲਾ, ਕਿਆ ਬਾਤ ਹੈ ਯਾਰ, ਸੋਹਣਾ ਲੱਗਦਾ। ਅਤੇ ਇੱਧਰ ਬਾਈ ਟਰਾਲੀ, ਇੱਦਾਂ ਤਾਂ ਸਿਰਾ ਹੀ ਕਰਾਇਆ ਪਿਆ ਇਹ ਬੰਦੇ ਨੇ ਬਣਾਈ ਹੈ, ਸਕਾਰਫੇਨ ਨੇ, ਠੀਕ ਹੈ ਜੀ। ਘੈਂਟ ਘੈਂਟ ਚੜ੍ਹਦੀ ਕਲਾ, ਮੈਂ ਕਹਿੰਦਾ ਪੂਰਾ ਚੜ੍ਹਦੀ ਕਲਾ ਜੇ ਮਿੱਤਰੋ ਕੰਮ। ਅਤੇ ਲਾਈਏ ਮਾੜਾ ਜਿਹਾ ਇੱਥੇ ਸਾਈਡ ਕਰਕੇ, ਅਤੇ ਇੱਥੇ ਰੇਹ ਰੂਹ ਭਰ ਕੇ ਇੱਥੋਂ ਫੇਰ ਹੀ ਲੈ ਚੱਲਦੇ ਹਾਂ। ਲੈ ਬਾਈ ਮਿੱਤਰਾ, ਕਹਿੰਦੇ ਸੋਲਿਡ ਫਰਟੀਲਾਈਜ਼ਰ। ਮਿੱਤਰੋ ਆਪਣੇ 56-20 ਦੇ ਵੇਟ ਬਾਹਲਾ ਹੋ ਗਿਆ ਯਾਰ, ਖੜ ਜਾਓ ਯਾਰ, ਇੱਕ ਮਿੰਟ ਕੋਈ ਜਗਾੜ ਕਰਦਾ ਮੈਂ। ਆਏ ਤਾਂ ਆਪਣਾ, ਹਾਏ ਹੋਏ 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 ਬਾਈ, ਬਚਾਓ ਬਚਾ ਚਾਚਾ ਜੀ, ਹੌਲੀ 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 ਆਪਾਂ ਇਹ ਕਰਦੇ, ਇੱਥੋਂ ਜਾਂਸੀ 'ਚੋਂ ਵੇਟ ਲੈ ਲੈਂਦੇ ਹਾਂ। ਵੈਸੇ ਵੀ ਆਪਾਂ ਜਾਉਂਡੀਅਰ ਜਿਹੜਾ ਆਪਣਾ ਵੱਡਾ ਵਾ 47-55 ਉਹਦੇ ਪਾਉਣਾ ਵਾ, ਸੋ ਇਹਦੇ ਮਗਰ ਵੇਟ ਪਾ ਦਿੰਦੇ ਹਾਂ, ਅਤੇ ਵੇਟ ਦੇ ਵਿੱਚ ਟਰਾਲੀ ਪਾ ਲਾਂਗੇ ਬਾਈ। ਸੋ ਮਿੱਤਰੋ ਇੱਕ ਪੰਗਾ ਪੈ ਗਿਆ ਟਰਾਲਾ ਵੱਡਾ ਹੋਣ ਕਰਕੇ ਆਪਾਂ ਬਾਈ ਯਾਰ, ਆਹ ਦੇਖੋ ਇਹਦੀ ਹੁੱਕ ਇੰਨੀ ਕਾ, ਅਤੇ ਇੱਧਰ ਦੇਖੋ ਬਾਈ ਹੁੱਕ ਕਿੰਨੀ ਮੋਟੀ। ਸੋ ਇਹਦੇ 'ਚ ਪੈਂਦਾ ਨਹੀਂ ਪਿਆ ਜਗਾੜ, ਮੈਂ ਤਾਂ ਵੇਟ ਫੇਰ ਲਾ ਦਿਉ, ਵੇਟ ਸਾਈਡ ਕਰਕੇ ਲਾ ਦਿਉ ਬਾਈ ਯਾਰ। ਬਾਈ ਕਿੰਨੇ ਪੰਗੇ ਪੈ ਰਹੇ ਆ, ਫਿਰ ਵੀ ਦੇਖ ਲਓ ਮਿੱਤਰੋ ਭਾਰੀ ਵਾਲੀ ਆ ਨਾ ਆਪਣੀ ਆਹ ਯਾਰ, ਰੇਹ ਇਹਦੇ 'ਚ ਨਹੀਂ ਭਰਨੀ ਸੀ, ਆਪਾਂ ਬੋਰੀਆਂ ਟਰਾਲੀ 'ਚ ਰੱਖ ਲੈਣੀਆਂ ਸੀ। ਲਓ ਵੀ ਮਿੱਤਰੋ ਫਿਰ ਵੇਖੀ ਜਾਊਗੀ, ਹੁਣ ਤਾਂ ਹੈਪੀ ਐਂ ਲੈ ਕੇ ਜਾ ਸਕਦੇ ਹਾਂ। ਚਲੋ ਫਿਰ ਹੌਲੀ ਹੌਲੀ ਮਿੱਤਰੋ ਚੱਲਦੇ ਹਾਂ ਆਪਾਂ, ਬਾਲਾ ਭਜਾਵਾਂਗੇ ਨਾ, ਅਤੇ ਬ੍ਰੇਕਾਂ ਦੀ ਨਾ ਮਾਰਨ ਦੀ ਲੋੜ ਪਵੇ, ਜੇ ਬ੍ਰੇਕਾਂ ਮਾਰਾਂਗੇ ਫਿਰ ਪਿਛਲੇ ਟਾਇਰ ਚੱਕੀ ਦੇ ਆ ਫਿਰ ਥੱਲੇ ਆਉਂਦੇ ਆ, ਫਿਰ ਤੁਰਦਾ ਟਰੈਕਟਰ ਬਾਈ ਯਾਰ। ਸੋ ਬਾਈ ਸੜਕਾਂ ਛੋਟੀਆਂ ਵਾ, ਟਰਾਲਾ ਬਾਲਾ ਲੰਮਾ। ਉਹ ਤੇਰੀ ਬਾਈ, ਦੋਨੇ ਕੰਮ ਨਾ ਸੈਪਰੇਟ ਕਰ ਲੈਣੇ ਸੀ ਆਪਾਂ, ਪਰ ਪਤਾ ਨਹੀਂ ਕਿਉਂ ਪੰਗਾ ਲਿਆ ਇਹ ਟਰਾਲਾ ਬਾਈ, ਮੁੜਦਾ ਹੀ ਬਹੁਤ ਔਖਾ।
ਇੱਥੋਂ ਕਿਵੇਂ ਮੋੜਾਂਗੇ ਬਾਈ ਚੌਂਕ ਦੇ ਵਿੱਚੋਂ ਗਾਂ ਪੰਜਾਂ ਤੋਂ ਜਾਣਾ ਆਪਾਂ ਯਾਰ। ਟਰਾਲਾ ਕੁਛ ਜ਼ਿਆਦਾ ਹੀ ਲੰਮਾ ਲੈ ਲਿਆ ਅਤੇ ਉੱਤੋਂ ਮਿੱਤਰੋ ਆਹ ਪੰਗਾ ਹੋਰ ਹੀ ਪਾ ਲਿਆ ਯਾਰ। ਮੇਰਾ ਜੀ ਕਰਦਾ ਮਸ਼ੀਨ ਜੀ ਮੈਂ ਇੱਥੇ ਹੀ ਲਾ ਦਾਂ, ਪਰ ਫਿਰ ਮੈਂ ਕਹਿੰਦਾ ਕਾਹਤੋਂ ਅਸੀਂ ਜਾਵਾਂਗੇ ਸਵਾਦ ਲੈਂਦੇ। ਲਓ ਵੀ ਮਿੱਤਰੋ ਡੈਕ ਦੇ ਢਾਉਣ 'ਤੇ ਪਹੁੰਚ ਗਏ, ਕਹਿੰਦੇ ਪਹੁੰਚ ਗਏ ਬਾਈ ਪਹੁੰਚ ਗਏ, ਔਖੇ ਸੌਖੇ ਪਹੁੰਚ ਗਏ। ਅਤੇ ਮਸ਼ੀਨ ਨਾ ਮੈਂ ਸੋਚ ਰਿਹਾ ਕਿ ਪਹਿਲਾਂ ਮਸ਼ੀਨ ਨੂੰ ਇੱਥੇ ਲਾ ਦੇਗੇ ਆਲੀ ਨੂੰ ਯਾਰ, ਆਲੀ ਮਸ਼ੀਨ ਜਿਹੜੀ ਆਪਣੀ ਨਾ ਰੇਹ ਵਾਲੀ ਇਹਨੂੰ ਲਾ ਦੇਗੇ। ਇਹ ਸ਼ੁਕਰ ਆ ਬਾਈ ਸ਼ੁਕਰ ਆ, ਟਰੈਕਟਰ ਨੂੰ ਪੂਰਾ ਸਾਹ ਆਇਆ ਮਿੱਤਰੋ, ਮੂਰਲਾ ਹਿੱਸਾ ਟੁੱਟਣ ਵਰਗਾ ਹੋ ਗਿਆ। ਅਤੇ ਟਰਾਲਾ ਮਿੱਤਰੋ ਲਾਉਣਾ ਆਪਾਂ ਇੱਧਰ ਮਸ਼ੀਨ ਵਾਲੇ ਪਾਸੇ, ਸੋ ਹੁਣ ਮਿੱਤਰੋ ਆਪਾਂ ਨੂੰ ਬਾਹਲੇ ਗੇੜੇ ਨਹੀਂ ਲਾਉਣੇ ਪਿਆ ਕਰਨਗੇ। ਅਤੇ ਟਰਾਲਾ ਪੂਰਾ ਘੈਂਟ ਬਾਈ, ਅਤੇ ਛੋਟੀ ਟਰਾਲੀ ਆਪਣੀ ਕਿਤੇ ਗਈ ਵੀ ਹੈ ਕੰਮ, ਉਹ ਵੀ ਤੁਹਾਨੂੰ ਦਿਖਾ ਦਾਂਗੇ ਕਿਸੇ ਦਿਨ। ਲੈ ਬਾਈ ਮਿੱਤਰਾ ਕਹਿੰਦੇ ਵੱਡਾ ਟਰਾਲਾ ਹੋ ਗਿਆ ਘਰੇ ਐਂਟਰ ਬਾਈ, ਕਟਰ ਨਾਲੋਂ ਵੀ ਜ਼ਿਆਦਾ ਤਗੜਾ ਬਾਈ ਓਏ ਬਾਈ। ਹੁਣ ਜਦੋਂ ਇਹ ਝੋਨੇ ਦਾ ਭਰਿਆ ਹੋਇਆ ਕਰੂ, ਕਹਿੰਦੇ ਕਿਆ ਬਾਤ ਹੀ ਮਾਹੌਲ ਹੋ ਜਾਇਆ ਕਰੂ ਮਿੱਤਰੋ, ਵੇਟ ਬੂਟ ਟਰੈਕਟਰ ਦੇ ਮੂਹਰੇ ਵਾਹਵਾ ਪਾਉਣਾ ਪਿਆ ਕਰੂ, ਫਿਰ ਅੱਗਾ ਨਾ ਚੱਕਿਆ ਕਰੂਗਾ। ਅਤੇ ਮਿੱਤਰੋ ਟਰਾਲਾ ਕਹਿੰਦੇ ਪੂਰਾ ਹੀ ਸਿਰਾ ਬਣਿਆ ਵਾ ਯਾਰ, ਕਿਆ ਬਾਤ ਹੈ ਬਾਈ ਕਿਆ ਬਾਤ ਹੈ, ਸੋਹਣਾ ਲੱਗਦਾ ਪਿਆ ਮਿੱਤਰੋ। ਅਤੇ ਹੁਣ ਕੱਢ ਗਏ ਆਪਣਾ ਕੋਈ ਪਤਲੇ ਜਿਹੇ ਟਾਇਰਾਂ ਵਾਲਾ ਟਰੈਕਟਰ, ਪਤਲੇ ਜਿਹੇ ਟਾਇਰਾਂ ਵਾਲਾ ਟਰੈਕਟਰ ਆਪਣੇ ਕੋਲ ਇਸ ਵਕਤ ਇਕੱਲਾ ਜਿਹੜਾ ਖੜਾ ਵਾ 744 ਇਹਦੇ 13 ਦੇ ਟਾਇਰ ਆ ਦੇਖੋ ਮਿੱਤਰੋ ਕਿੰਨੇ ਪਤਲੇ। ਅਤੇ ਬਾਕੀ ਮਿੱਤਰੋ ਪਿਛਲੀ ਵੀਡੀਓ ਦੇ ਵਿੱਚ ਜੀਪ ਦਿਖਾਉਣੀ ਭੁੱਲ ਗਿਆ ਸੀ ਮੈਂ, ਆਹ ਚੱਕੋ ਬਾਈ ਜੀਪ ਆ ਖੜੀ, ਚੈੱਕ ਕਰੋ ਸਿਰਾ ਲੱਗਦੀ ਹੈ ਨਾ। ਅਤੇ ਜੀਵ ਅਤੇ ਗੇੜੀ ਗੁੜੀ ਫਿਰ ਕਿਸੇ ਦਿਨ ਕੱਢਾਂਗੇ, ਹੁਣ ਕਿਹੜਾ ਕੰਮ ਕਰ ਲਗੇ ਉੱਧਰ, ਆਪਣੇ ਟਰੈਕਟਰ ਵੀ ਮੋੜੀ ਮੋਡੀਫਾਈ ਕਰਨੇ ਸ਼ੁਰੂ ਕਰਤੇ ਹੋਣਗੇ। ਸੋ ਜਦੋਂ ਦਿਨ ਜੇ ਛਿਪ ਗਿਆ ਮਿੱਤਰੋ, ਉਦੋਂ ਬਾਅਦ ਆਪਾਂ ਲੈ ਕੇ ਵੀ ਆਉਣਾ ਟਰੈਕਟਰ, ਅਤੇ ਫਿਰ ਕਹਿੰਦੇ ਸਵਾਦ ਹੀ ਆਜੂ ਮਿੱਤਰੋ ਨਜ਼ਾਰਾ। ਲਓ ਵੀ ਮਿੱਤਰੋ ਮਸ਼ੀਨ ਤਾਂ ਪਾਲੀ ਪਰ ਚੱਕਰ ਪੈ ਗਿਆ ਇੱਕ, ਆਹ ਦੇਖੋ ਇਹ ਅੱਗਾ ਚੱਕ ਜਾਂਦਾ ਬਈ ਟਰੈਕਟਰ, ਟਰੈਕਟਰ ਅੱਗਾ ਚੱਕ ਜਾਂਦਾ ਕਿਉਂਕਿ ਰੇਹ ਬਾਲੀ ਭਾਰੀ ਆ। ਓਏ ਹੋਏ 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 ਹੋਏ, ਇਹਨੂੰ ਥੱਲੇ ਕਰਦੇ ਆ। ਅਤੇ ਮਿੱਤਰੋ ਮਸ਼ੀਨ ਨੂੰ ਕਿਹਾ ਇੱਥੇ ਲਾਉਂਦਾ, ਅਤੇ ਮੈਂ ਵੇਟ ਪਾ ਕੇ ਲਿਆਉਂਦਾ ਭੱਜ ਕੇ ਜਾ ਕੇ ਅੰਦਰ, ਆਪਣੇ ਕੋਲ ਵੇਟ ਪਿਆ ਟਰੈਕਟਰ ਦੇ ਮੂਹਰੇ ਵੇਟ ਪਾ ਲੈਂਦਾ, ਫਿਰ ਅੱਗਾ ਚੱਕਣੋਂ ਹਟ ਜੂਗਾ। ਲਓ ਵੀ ਮਿੱਤਰੋ ਸੁਪਰ ਸੀਡਰ ਵਾਲਾ ਵੇਟ ਪਾਤਾ, ਅਤੇ ਹਜੇ ਵੀ ਨਹੀਂ ਕਹਿੰਦੇ ਰੇਸਾ ਦਿੰਦੇ ਤਾਂ ਮਿੱਤਰੋ ਅੱਗਾ ਚੱਕ ਜਾਂਦਾ, ਥੋੜ੍ਹਾ ਜਿਹਾ ਪਰਾਂ ਨੂੰ ਕਰਕੇ ਚਲਾਈਏ ਕੰਮ ਰੇ। ਕਹਿੰਦੇ ਮਿੱਤਰੋ ਦੇਖੋ ਖਿੱਲਰ ਦੀ ਮੈਂ ਆਟੋਮੈਟਿਕ ਖਿਲਾਰ ਦੇਣੀਆਂ ਮਸ਼ੀਨਰੀਆਂ ਵਾਲੇ, ਆ ਕਾਂ ਕੂੰ ਜੇ ਉੱਡਦੇ ਆ, ਕਾਂ ਨੂੰ ਕਹਿ ਰੇ ਨਾ ਚੌਕਲੇ ਅੰਦਰ ਠਰ ਜੇ ਹੋਰ ਕਿਤੇ ਮਿੱਤਰੋ, ਯੂਰੀਆ ਠੰਡੀ ਜੀ ਉਹ ਕਰ ਦਿੰਦੀ ਨਾ ਪਾਣੀ ਦੇ ਵਿੱਚ ਪਾ ਦਈਏ ਤਾਂ ਉਹ ਵਾਲਾ ਕੰਮ ਹੋ ਜੇ। ਅਤੇ ਲਓ ਵੀ ਮਿੱਤਰੋ ਮੈਂ ਆਟੋਮੈਟਿਕ ਮੈਂ ਖਿਲਾਰਦਾ, ਅਤੇ ਦਿਨ ਜਾ ਵੀ ਛੇਤੀ ਲੰਘ ਰਿਹਾ ਵਾ। ਲਓ ਵੀ ਮਿੱਤਰੋ ਪੂਰਾ ਘੰਟਾ ਲੱਗ ਗਿਆ, ਅਤੇ ਨੱਬੜ ਗਿਆ ਸਪਰੇਅ ਵਾਲਾ ਕੰਮ ਵੀ, ਕਿਆ ਬਾਤ ਹੈ ਕਿਆ ਬਾਤ ਹੈ। ਬਾਕੀ ਵਾਹਣ ਰਹਿ ਗਿਆ ਮਿੱਤਰੋ, ਅਤੇ ਉੱਧਰ ਵੀ ਆਪਾਂ ਮੈਂ ਆਟੋਮੈਟਿਕ ਕਰ ਹੀ ਦੇਣੀ ਹੈ। ਅਤੇ ਸ਼ਾਮ ਜੀ ਹੋ ਚੱਲੀ, ਅਤੇ ਵੈਸੇ ਤਾਂ ਟਰੈਕਟਰਾਂ ਵਾਲੇ ਨੂੰ ਮੈਂ ਲਾਇਆ ਹੀ ਫੋਨ ਵਿੱਚ ਦੀ ਕਰਦੇ ਕਰਦੇ, ਮੈਂ ਕਿਹਾ ਹਾਂ ਬਾਈ ਕਿੱਥੇ ਕੁ ਪਹੁੰਚਿਆ ਕੰਮ, ਉਹ ਕਹਿੰਦੇ ਬਾਈ ਕੱਲ੍ਹ ਨੂੰ ਸੁਬਾਹ ਲੈ ਜਿਓ। ਮੈਂ ਕਿਹਾ ਯਾਰ ਤੁਸੀਂ ਤਾਂ ਕਹਿੰਦੇ ਸ਼ਾਮ ਨੂੰ, ਕਹਿੰਦੇ ਮਾੜਾ ਜਿਹਾ ਸਮਾਨ ਰਹਿ ਗਿਆ ਕਹਿੰਦੇ ਕਸਣ ਵਾਲਾ। ਅਤੇ ਮੈਂ ਕਿਹਾ ਠੀਕ ਆ, ਉਨਾ ਟਾਈਮ ਮੈਂ ਕੰਮ ਕੁੰਮ ਹੋਰ ਨਵੇੜ ਲੈਂਦਾ। ਸੋ ਮਿੱਤਰੋ ਆਪਾਂ ਕਰਦੇ ਹਾਂ ਵੇਟ ਅਗਲੇ ਦਿਨ ਦੀ। ਇਹ ਉਹ ਤੇਰੀ ਬੱਲੇ ਲਓ ਵੀ ਮਿੱਤਰੋ ਨੈਕਸਟ ਡੇ ਹੋ ਗਿਆ, ਅਤੇ ਕਹਿੰਦੇ ਮੋਡੀਫਾਈ ਹੋ ਚੁੱਕੇ ਨੇ ਟਰੈਕਟਰ, ਅਤੇ ਕਿਆ ਬਾਤ ਹੈ। ਇੱਧਰ ਰੇਹ ਰੂਹ ਦਾ ਵੀ ਕੰਮ ਅੱਧਾ ਪਛੱਧਾ ਨਿਬੜ ਗਿਆ ਮਿੱਤਰੋ, ਅੱਧੇ ਵਾਹਣਾਂ 'ਤੇ ਕਰਤੀ ਸੀ, ਅੱਧਿਆਂ 'ਤੇ ਰਹਿ ਗਈ ਸੀ, ਅਤੇ ਕਹਿੰਦੇ ਦਿਨ ਛਿਪ ਗਿਆ ਸੀ। ਉਹ ਤੇਰੀ ਜਹਾਜ਼ ਹੀ ਬੜਾ ਵੱਡਾ ਤੁਰਿਆ ਆਉਂਦਾ ਮਿੱਤਰੋ, ਹਵਾ ਦੇ ਵਜੇ ਤਾਂ ਬੜਾ ਨੀਵਾਂ ਵਾ। ਸੋ ਚੱਲਦੇ ਆ ਮਿੱਤਰੋ ਮੈਂ ਆਟੋਮੈਟਿਕ ਜਾਣਤੀ, ਅਤੇ ਉੱਥੇ ਤੁਹਾਨੂੰ ਪਹੁੰਚ ਕੇ ਦਿਖਾਉਂਦਾ ਬਾਈ ਟਰੈਕਟਰ ਆਪਣੇ ਬਾਈ ਕਿਆ ਲੱਗਦੇ ਹੋਣਗੇ ਬਾਈ। ਮੇਰੇ ਕੋਲ ਫੋਟੋ ਆ ਗਈਆਂ ਸੀ, ਅਤੇ ਹੁਣ ਜਾ ਕੇ ਦੇਖਦੇ ਆ। ਸੋ ਮਿੱਤਰੋ ਤੁਹਾਨੂੰ ਮਾੜਾ ਜਿਹਾ ਫਰੇਮ ਦੇ ਵਿੱਚ ਦੇਖਦਾ ਪਿਆ ਹੋਊਗਾ ਕਿ ਸੱਜੇ ਪਾਸੇ ਖੜਾ ਡਾਇਨਾਸੌਰ, ਅਤੇ ਖੱਬੇ ਪਾਸੇ ਅਰਜਨ, ਦੋਨਾਂ ਦੇ ਟਾਇਰ ਵੀ ਮਿੱਤਰੋ ਮੂਹਰੇ ਚੌੜੇ ਪਾਏ ਪਏ ਆ, ਕਿਆ ਵਾ ਦਾ। ਹੁਣ ਤੁਹਾਨੂੰ ਪਹਿਲਾਂ ਅਰਜਨ ਵੰਨੀ ਦਿਖਾਉਂਦੇ ਆ, ਅਤੇ ਅਰਜਨ ਦਾ ਮਿੱਤਰੋ ਕਿਆ ਹੀ ਕੰਮ ਕੀਤਾ ਪਿਆ ਵਾ। ਅਤੇ ਦੇਖੋ ਮਿੱਤਰੋ ਅਰਜਨ ਕਹਿੰਦੇ ਸਿਰਾ ਹੀ ਲੱਗਦਾ ਪਿਆ, ਮੂਹਰਲੇ ਟਾਇਰ ਚੈੱਕ ਕਰੋ ਬਈ, ਆਹਲੇ ਟਾਇਰ ਬਹੁਤ ਰੇਅਰ ਸੀ ਬਾਈ, ਇਹ ਨਹੀਂ ਮਿਲਦੇ ਪਏ ਸੀ, ਤਾਂ ਕਰਕੇ ਆਪਾਂ ਦਾ ਟਰੈਕਟਰ ਇੱਕ ਦਿਨ ਲੇਟ ਹੋ ਗਏ। ਅਤੇ ਬਾਈ ਕਿਆ ਬਾਤ ਹੈ, ਮਿਊਜ਼ਿਕ ਸਿਸਟਮ ਵੀ ਚੈੱਕ ਕਰੋ, ਕਹਿੰਦੇ 6 ਸਬਵੂਫਰ ਹੈ, 2 ਸੀਟ ਦੇ ਮਗਰ ਉਹਦੇ ਅੰਦਰ ਜਾਲੀ ਲੱਗੀ ਵੀ ਹੈ, ਅਤੇ 4 ਕਹਿੰਦੇ ਐਕਸਪੋਜ਼ ਆ ਪੂਰੇ, ਮਤਲਬ ਦੀਨੇ ਪਏ ਆ, ਅਤੇ ਕਿਆ ਬਾਤ ਹੈ ਯਾਰ ਬਾਈ। ਪਾਲਛਾ ਪੂਲਛਾ ਮਾਰਤੀਆਂ, ਸਟਿੱਕਰ ਸਟੁੱਕਰ ਨਵੇਂ ਲਾਤੇ, ਐਂਡ ਗੱਲਬਾਤ ਬਾਈ, ਮਗਰ ਦੇ ਟਾਇਰ ਵੀ ਰੇਡੀਅਲ ਪਾਤੇ ਹੈ।
ਥੋੜ੍ਹੇ ਜਿਹੇ ਹੈ 380 ਨੰਬਰ ਹੀ, ਪਰ ਲੱਗਦੇ ਘੈਂਟ ਪਏ ਆ ਮਿੱਤਰੋ, ਸਲੰਸਰ ਸਲੂੰਸਰ ਸਾਰਾ ਕੁਛ ਯਾਰ। ਪਹਿਲਾਂ ਤੁਸੀਂ ਦੇਖਿਆ ਹੀ ਆ ਮਿੱਤਰੋ ਕਿੱਦਾਂ ਜਿਹਾ ਲੱਗਦਾ ਪਿਆ ਸੀ, ਅਤੇ ਹੁਣ ਚੈੱਕ ਕਰੋ ਯਾਰ ਕਿੰਨਾ ਸੋਹਣਾ ਲੱਗਦਾ ਪਿਆ। ਅਤੇ ਇੱਧਰਲੇ ਪਾਸੇ ਆ ਜਾਓ ਡੈਣਾਸੌਰ ਵੰਨੀ ਮਿੱਤਰੋ, ਮਗਰ ਵੀ ਕਹਿੰਦੇ ਰੇਡੀਅਲ ਟਾਇਰ ਪੂਰੇ ਚੌੜੇ ਪਾ ਤੇ। ਅਤੇ ਮਿਊਜ਼ਿਕ ਸਿਸਟਮ ਚੈੱਕ ਕਰੋ ਮਿੱਤਰੋ, ਨਿਊ ਮਿਊਜ਼ਿਕ ਸਿਸਟਮ, ਪਲੇਟਫਾਰਮ ਵੀ ਉੱਚਾ ਉੱਚਾ ਆਏ ਹਾਏ ਹਾਏ। ਇਹ ਵੀ ਕਿਆ ਹੀ ਬਾਤਾਂ ਲੱਗਦਾ ਪਿਆ, ਪਹਿਲਾਂ ਦੇਖ ਲਓ ਕਹਿੰਦੇ ਸੀ 850 ਮਿੰਟੋ ਮਿੰਟ ਹੀ ਮੋਡੀਫਾਈ ਹੋ ਗਿਆ, ਪਹਿਲਾਂ ਕਿਹਦੀਆਂ ਲਾਈਟਾਂ ਲੂਟਾਂ ਛੱਡ ਕੇ ਵੇਖੀਏ, ਇਹਦੀਆਂ ਲਾਈਟਾਂ ਲੂਟਾਂ ਛੱਡ ਕੇ ਦੇਖਦੇ ਹਾਂ ਬਾਈ। ਉਹ ਤੇਰੀ, ਉਹ ਬੱਲੇ ਬਾਈ, ਕਿਆ ਬਾਤ ਲੱਗਦਾ ਪਿਆ ਸੀ। ਇੱਕ ਮਿੰਟ ਮੈਂ ਉੱਤਰ ਗਿਆ ਥੱਲੇ, ਅਤੇ ਦੇਖੋ ਬਾਈ ਚੈੱਕ ਕਰੋ ਯਾਰ ਲਾਈਟਾਂ ਲੂਟਾਂ ਜਾਗਦੀਆਂ ਆਏ ਹਾਏ, ਸੀਲਿੰਗ ਦੀਆਂ ਕਿੰਨੀਆਂ ਸਿਰਾਂ ਲੱਗਦੀਆਂ ਪਈਆਂ। ਉਹ ਤੇਰੀ, ਬਾਕੀ ਮਿੱਤਰੋ ਇੱਕ ਚੀਜ਼ ਤਾਂ ਨੋਟਿਸ ਨਹੀਂ ਕੀਤੀ, ਆਵਾਜ਼ ਤਾਂ ਚੈੱਕ ਕਰੋ ਬਾਈ, ਟਰਬੋ ਟਰਬੋ ਸਾਰਾ ਕੁਛ ਹੀ ਹੋ ਗਿਆ ਲੱਗਦਾ ਮਿੱਤਰੋ ਬਈ, ਸਿਰਾ 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 ਸਿਰਾ। ਤਾਂ ਹੁਣ ਮਿੱਤਰੋ ਕਰ ਲਈਏ ਚੈੱਕ ਡੈਣਾਸੌਰ ਨੂੰ, ਅਤੇ ਕਹਿੰਦੇ ਹਾਰਨ ਵੀ ਜਗਾਏ ਪਏ ਆ, ਮੈਂ ਕਹਿੰਦਾ ਜਚਾਏ ਪਏ ਆ ਜਮਾਂ, ਕਿਆ ਬਾਤ ਹੈ ਬਈ। ਹੁਣ ਇਹਦੀਆਂ ਲਾਈਟਾਂ ਲੂਟਾਂ ਛੱਡ ਕੇ ਵੇਖੀਏ, ਉਹ ਤੇਰੀ ਬੱਲੇ 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 ਬੱਲੇ, ਹਰੀਆਂ ਲੀ ਪੀਲੀਆਂ ਲਾਲ ਕਹਿੰਦੇ ਗੁਲਾਬੀ ਚਾਚਾ ਜੀ, ਰੰਗ ਸੱਤ ਰੰਗੀਆਂ ਲਾਈਟਾਂ ਜਾਗਦੀਆਂ, ਕਿਆ ਬਾਤ ਹੈ ਮਿੱਤਰੋ। ਚੌੜੇ ਟਾਇਰ ਅਤੇ ਉਹ ਤੇਰੀ, ਉਹ ਬਈ ਕੁਛ ਜ਼ਿਆਦਾ ਹੀ ਪਿਕਅਪ ਆ ਮਿੱਤਰੋ ਇਹਦੇ, ਕੁਛ ਜ਼ਿਆਦਾ ਹੀ ਪਿਕਅਪ ਆ। ਇਹਨੂੰ ਆਏ ਕਰਦੇ ਆਪਾਂ ਮਿੱਤਰੋ, ਹਜੇ ਆਪਾਂ ਨੂੰ ਹਿਸਾਬ ਨਹੀਂ, ਕਿਉਂਕਿ ਮਗਰਲੇ ਟਾਇਰ ਆ ਉਹਨਾਂ 'ਚ ਪਾਣੀ ਪੂਣੀ ਜ਼ਿਆਦਾ ਭਰਿਆ ਵਾ, ਅਤੇ ਇਹਨੂੰ ਆਪਾਂ ਲੋਡ ਕਰਦੇ ਹਾਂ ਇਹਦੇ 'ਤੇ, ਅਤੇ ਅਰਜਨ ਫਿਰ ਪਾਲ ਗਏ ਇਹਨੂੰ ਮੂਹਰੇ, ਅਤੇ ਮੈਟੋਮੈਟਿਕ ਘਰ ਲੈ ਕੇ ਚੱਲਦੇ ਆ, ਉੱਥੇ ਜਾ ਕੇ ਵੇਖਦੇ ਹਾਂ ਬਈ ਕੀ ਸਿਸਟਮ ਆ। ਸੋ ਮਿੱਤਰੋ ਆਪਣਾ ਰੈਂਪ ਜਿਹਾ ਇੱਥੇ ਮੈਂ ਤਾਂ ਹੀ ਛੱਡ ਗਿਆ ਸੀ ਕਿ ਫਿਰ ਟਰੈਕਟਰ ਜਾਂਦੇ ਹੋਏ ਇੱਥੇ ਹੀ ਲੱਦ ਕੇ ਲੈ ਜਾਵਾਂਗੇ। ਬਾਈ ਯਾਰ ਕਿੰਨੇ ਸਿਰਾਂ ਲੱਗਦੇ ਪਏ ਮਿੱਤਰੋ, ਆਏ ਹਾਏ ਡੈੱਕ ਡੁੱਕ ਲੱਗੇ ਆ ਕਹਿੰਦੇ ਪੂਰੇ, ਮੈਂ ਕਹਿੰਦਾ ਬੂਫਰ, ਆਏ ਹਾਏ ਸਿਰਾ 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 ਚਾਚਾ ਜੀ, ਮੈਂ ਕਹਿੰਦਾ ਮੌਲ ਇੱਕ ਨੰਬਰ ਹੋ ਗਿਆ। ਨਾਲੇ ਮਿੱਤਰੋ ਇਹਨੂੰ ਭਜਾ ਭਜੂਗੇ ਦੇਖਦੇ ਹਾਂ ਬਾਈ, 80 ਦੀ ਸਪੀਡ ਮੈਂ ਕਿਹਾ ਸੀ ਕਿ ਦੋਨੇ 80-80 'ਤੇ ਤਾਂ ਭੱਜਣ ਨਾ, ਐਟਲੀਸਟ ਚਾਹੇ ਟਰਬੋ ਲਾਓ ਚਾਹੇ ਜੋ ਮਰਜ਼ੀ ਕਰੋ, ਅਤੇ ਇਹਦੇ 'ਤੇ ਤਾਂ ਟਰਬੋ ਟਰਬੋ ਵੀ ਲਾਤੀ, ਆਵਾਜ਼ ਬਦਲ ਗਈ ਬਾਈ ਪੂਰੀ ਟਰੈਕਟਰ ਦੀ ਯਾਰ। ਅਤੇ ਭਾਈ ਦਾ ਵੀ ਦੇਖਾਂਗੇ ਕਿੰਨਾ ਭਾਈ ਦਾ ਸੜਕ ਹੀ ਹੋਣੀ ਯਾਰ, ਕੋਈ ਤਕੜੀ ਜੀ ਯਾਰ, ਪੰਜਾਂ ਉੱਤੋਂ ਦੀ ਜਾਣਾ ਆਪਾਂ ਕਿਹੜਾ ਘਰ ਲੈ ਚੱਲ ਗਏ, ਭਜਾ ਪਿਓ ਕਿਸੇ ਫਿਰ ਵੀਡੀਓ ਚਲਾਵਾਂਗੇ ਹੈ ਕਿ ਨਹੀਂ, ਅਤੇ ਜਾ ਕੇ ਟੋਜਨ ਪਵਾ ਦਿੰਦੇ, ਟੋਜਨ ਵਾਲਾ ਵੀ ਧੱਕਾ ਹੋ ਜੂਗਾ ਯਾਰ। ਤਾਂ ਮਿੱਤਰੋ ਦੋਨੇ ਟਰੈਕਟਰ ਪੂਰੇ ਸਿਰਾ ਲੱਗਦੇ ਪਏ, ਆਏ ਹਾਏ ਕਿਆ ਸਪੀਡ ਫੜਦਾ ਮਿੱਤਰੋ, ਕੈਮਰਾ ਕੂਮਰਾ ਵਿੱਚ ਦੀ, ਆਏ ਹਾਏ 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 ਕਮਾਲ ਹੀ ਹੋਇਆ ਪਿਆ ਮਿੱਤਰੋ, 50 ਦੀ ਸਪੀਡ ਫੜ ਗਿਆ, ਧੂੰਆਂ ਵੱਧਦਾ ਹੀ ਜਾਂਦਾ ਵਾ ਇਹ ਬਾਈ, ਹੌਲੀ 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 ਹੌਲੀ, ਪੰਜਾਂ ਉੱਤੇ ਇੰਨਾ ਨਹੀਂ ਭਜਾਈ ਦਾ ਹੁੰਦਾ, ਪੰਜਾਂ 'ਤੇ ਨਹੀਂ ਇੰਨਾ ਭਜਾਈ ਦਾ ਮਿੱਤਰੋ, ਟੋਆ ਟੋਆ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਕਿਸੇ ਨੇ ਟੱਕ ਮਿੱਟੀ ਦਾ ਵੱਟਿਆ ਪਿਆ ਹੁੰਦਾ ਬਾਈ ਦੀ। ਮਿੱਤਰੋ ਚੈੱਕ ਕਰੋ ਯਾਰ ਕਿੰਨੇ ਘੈਂਟ ਲੱਗਦੇ ਪਏ ਬਈ, ਆਏ ਲੱਦੇ ਵੇ ਟਰੈਕਟਰ ਯਾਰ, ਆਏ ਹਾਏ ਹਾਏ ਹਾਏ। ਸਹੀ ਮਿਲੇ ਤਾਂ ਮਿੱਤਰੋ ਜ਼ਿਆਦਾ ਲੁੱਕ ਤਾਂ ਇੱਕ ਤਾਂ ਫਰੰਟ ਟਾਇਰਾਂ ਨਾਲ, ਅਤੇ ਦੂਜੀ ਮਿੱਤਰੋ ਆਹ ਡਿੱਕਾਂ ਨਾਲ ਬਣ ਗਈ ਬਈ ਯਾਰ। ਅਰਜਨ ਤਾਂ ਨਾ ਮਿੱਤਰੋ ਪਛਾਣ 'ਚ ਹੀ ਨਹੀਂ ਆਉਂਦਾ, 855 ਤਾਂ ਆਪਣਾ ਫਿਰ ਵੀ ਜੋ ਇਹ ਡੈਣਾਸੌਰ ਤਾਂ ਕਹਿ ਸਕਦੇ ਕਿ ਹਾਂ ਬਈ ਪੂਰਾ ਪਛਾਣ 'ਚ ਆਉਂਦਾ ਵਾ, ਅਤੇ ਬਈ ਉਹਦਾ ਤਾਂ ਪੂਰਾ ਹੀ ਮਿੱਤਰੋ ਪਤਾ ਨਹੀਂ ਕਿਹੜੀਆਂ ਪਾਲਛਾਂ ਪੂਲਛਾਂ ਮਾਰਤੀਆਂ ਮਿੱਤਰੋ, ਛੋ ਅਤੇ ਸਿਰਾ ਹੀ ਲੱਗਣ ਲੱਗ ਗਿਆ, ਪਹਿਲਾਂ ਤਾਂ ਪੁਰਾਣਾ ਜਿਹਾ ਹੋਰ ਹੀ ਜੇ ਸੀਗਾ, ਅਤੇ ਹੁਣ ਪੂਰਾ ਘੈਂਟ ਲੱਗਦਾ ਪਿਆ। ਅਰਜਨ ਦਾ ਮਿੱਤਰੋ ਕਮੈਂਟ ਵੀ ਕੀਤਾ ਕਈ ਬਾਈਆਂ ਨੇ ਕਿ ਬਈ ਪੁਰਾਣਾ ਜਿਹਾ ਲਿਆ ਹੋਰ ਹੀ ਜੇ ਲੱਗਦਾ ਵਾ, ਸੋ ਹੁਣ ਦੱਸਿਓ ਮਿੱਤਰੋ ਹੋਰ ਹੀ ਲੱਗਦਾ ਪਿਆ ਕਿ ਨਹੀਂ, ਦੋਨੇ ਟਰੈਕਟਰ ਘੈਂਟ ਲੱਗਦੇ ਆ ਪਏ ਆ ਕਿ ਨਹੀਂ। ਉੱਤੋਂ ਮਿੱਤਰੋ ਆਪਣੇ ਕੋਲ ਟਰਾਲਾ ਫੁੱਲ ਹੈਵੀ ਹੋ ਗਿਆ ਬਈ, ਟਰਾਲੇ ਨੇ ਵੀ ਸਿਰਾ ਹੀ ਕਰਾਈ ਪਈ ਆ। ਉਹ ਤੇਰੀ ਬਈ 70 ਦੀ ਸਪੀਡ ਮਾਰ ਗਿਆ ਬਈ, ਓਏ 70 ਦੀ ਸਪੀਡ, ਪਾਸੇ ਹੋ ਜਾ ਬਈ, ਲੰਘ ਲੈਂਦੇ ਸਾਨੂੰ। ਹੁਣ ਕਣਕ ਵੱਡੀ ਹੋ ਗਈ, ਹੁਣ ਵਾਹਨ 'ਚ ਨਹੀਂ ਤਾਰਨਾ, ਹੁਣ ਇਹਨੂੰ ਖੋਲ ਹੀ ਲਈਏ। ਸਪੀਡ ਵੇਖੋ ਮਿੱਤਰੋ ਕਿੰਨੀ ਛੇਤੀ ਫੜਦਾ ਬਾਈ, ਵੱਧਦਾ ਬਹੁਤ ਆ ਬਾਈ ਟਰੈਕਟਰ ਯਾਰ। ਬਾਈ ਅਰਜਨ ਦਾ ਸਿਰਾ ਹੀ ਆ, ਬਾਕੀ ਡੈਣਾਸੌਰ ਵੀ ਦੇਖਦੇ ਆ ਕਿੰਨੀ ਕੁ ਸਪੀਡ ਮਾਰਦਾ ਦਾ, 70-70 ਤਾਂ ਊਂ ਹੀ ਬਸ ਟੱਚ ਕਰ ਜਾਂਦਾ ਯਾਰ, 60-70 ਤਾਂ ਆਰਾਮ ਨਾਲ ਹੀ। ਫਿਰ ਝੋਟਾ ਮਿੱਤਰੋ, ਇੰਜਣ ਵੀ 4 ਸਿਲੰਡਰ ਉੱਤੋਂ ਟਰਪੋ ਯਾਰ ਬਾਈ, ਫਰਕ ਤਾਂ ਪੈਂਦਾ ਹੀ ਹੈ। ਲਓ ਵੀ ਮਿੱਤਰੋ ਆ ਗਏ ਟਰੈਕਟਰ, ਕਹਿੰਦੇ ਅੰਦਰ ਘਸੇ ਜੇ ਲੱਗਦੇ। ਅਰਜਨ ਦਾ ਨਾ ਸਾਰਿਆਂ ਨੂੰ ਪਹਿਲਾਂ ਟਰਬੋ ਟਰਬੋ ਲਾ ਕੇ ਆ ਗਈ ਨਾ, ਅਤੇ ਵੀਡ ਵੀ ਵੈਸੇ ਟਰੈਕਟਰ ਦਾ ਥੋੜ੍ਹਾ ਜਿਹਾ ਵੱਧ ਗਿਆ, ਟਾਇਰ ਭਾਵੇਂ ਪਤਲਾ ਹੀ ਆ ਮਿੱਤਰੋ, ਅਤੇ ਇਹਦਾ ਨਾ
ਉਹਦੇ ਕੀ ਚੱਕਰ ਪਿਆ ਸੀ, ਉਹਦੇ ਆਪਾਂ ਜਦੋਂ ਪਾਇਆ ਉਹਦੇ ਨਾਲ ਹੋਲੈਂਡ ਨਾਲ, ਤਾਂ ਹੋਲੈਂਡ ਖਿੱਚਦਾ ਸੀ। ਇਹਦਾ ਟੂਚਰ ਪਵਾ ਕੇ ਵੇਖਾਂਗੇ ਆਪਾਂ ਹੋਲੈਂਡ ਨਾਲ ਕੀ ਕਹਿੰਦਾ ਵਾ। ਇਹਨੂੰ ਕਿਹੜਾ ਪਾਸੇ ਲਾਈਏ, ਇੱਥੇ ਰੱਖ। ਓਏ ਉਹਦੇ ਤਾਂ ਰੈਂਪ ਰੂੰਪ ਦਾ ਖੁੱਲ੍ਹੇ ਹੀ ਨਹੀਂ, ਉਵੇਂ ਹੀ ਲਾਹਤਾ ਉਹਨੂੰ ਬਾਈ, ਬਾਹਲੀ ਫੀਲਿੰਗ ਚੱਕ ਲਈ ਸੀ ਮਿੱਤਰੋ। ਲਓ ਵੀ ਮਿੱਤਰੋ ਡੈਣਾਸੌਰ ਦੀ ਪਹਿਲਾਂ ਮੈਂ ਕਿਹਾ ਸਪੀਡ ਹੀ ਚੈੱਕ ਕਰ ਆਈਏ, ਇਹਨੂੰ ਲੈ ਕੇ ਚੱਲਦੇ ਆ ਪਈ 'ਤੇ। ਬਾਈ ਪਈ 'ਤੇ ਭਜਾਉਣ 'ਚ ਡਰ ਜ਼ਿਆਦਾ ਲੱਗਦਾ। ਸੋ ਮਿੱਤਰੋ ਕੰਟਰੋਲ ਨਹੀਂ ਹੁੰਦਾ ਹੈਗਾ ਜਦੋਂ ਭੱਜ ਲੈਂਦਾ। ਆ ਦੇਖੋ ਹੁਣ ਵੀ ਇਹ ਨਾ ਥੋੜ੍ਹਾ ਵੇਟ, ਇਹਦਾ ਹੋਰ ਹੀ ਹਿਸਾਬ ਦੇ ਨਾਲ ਹੋਇਆ ਪਿਆ ਵੇਟ, ਟਾਇਰਾਂ ਦਾ ਪਾਣੀ ਪੂਣੀ ਸੈੱਟ ਕਰਨ ਵਾਲਾ ਮਿੱਤਰੋ, ਫਿਰ ਸੈੱਟ ਹੋ ਜੂਗਾ ਪੂਰਾ, ਅਤੇ ਕੰਟਰੋਲ ਜਿਹਾ ਨਹੀਂ ਹੁੰਦਾ ਪਿਆ। ਅਤੇ ਇਹਨੂੰ ਲਾਉਂਦੇ ਇੱਥੇ ਸਾਈਡ 'ਤੇ, ਲਾਈਟਾਂ ਲੂਟਾਂ ਜਗਾ ਕੇ ਚਾਚਾ ਜੀ ਇੱਥੇ ਖੜਾ ਦਈਏ, ਇਹ ਇੱਥੇ ਲਾ ਦਈਏ, ਅਤੇ ਹੁਣ ਦੇਖਦੇ ਆਪਾਂ ਪਚਾਕਾ ਉੱਧਰ ਵੇਖਦੇ ਆ, ਹੋਲੈਂਡ ਨਾ ਪਾ ਕੇ ਵੇਖਦੇ ਆ ਟੋਚਨ ਕੀ ਕਹਿੰਦਾ ਵਾ। ਫਿਰ ਅੱਜ ਮੈਨੂੰ ਲੱਗਦਾ ਕਿ ਅਰਜਨ ਖਿੱਚੂ, ਕਿਉਂਕਿ ਡੈੱਕ ਦਾ ਵੀ ਭਾਰ ਹੋ ਗਿਆ। ਪਰ ਉੱਧਰੋਂ ਬਈ ਉਹਦੇ ਤਾਂ ਪਤਲੇ ਟਾਇਰ ਸੀ ਹੋਲੈਂਡ ਦੇ, ਹੁਣ ਤਾਂ ਚੌੜੇ ਟਾਇਰ ਹੋਊਗੇ, ਉਹਨਾਂ 'ਚ ਵੀ ਪਾਣੀ ਪੂਣੀ ਫੁੱਲ ਭਰਿਆ ਵਾ ਬਈ, ਰੱਬ ਹੀ ਜਾਣਦਾ ਹੁਣ ਕੀ ਹੋਊਗਾ। ਲਓ ਵੀ ਮਿੱਤਰੋ ਅੱਜ ਫਿਰ ਕਹਿੰਦੇ ਕੁੰਡੀਆਂ ਦੇ ਸਿੰਗ ਫਸ ਗਏ, ਫਿਰ ਅੱਜ ਇੱਕ ਪਾਸੇ 56 ਅੱਜ ਚੌੜੇ ਟਾਇਰ ਆ, ਅਤੇ ਇੱਧਰ ਅਰਜਨ ਦਾ ਬਈ ਫੁੱਲ ਹੀ ਮੋਡੀਫਾਈ ਕਰਤਾ ਨਾ, ਕਿਆ ਹੀ ਬਾਤਾਂ ਹੋ ਗਈਆਂ। ਅਤੇ ਦੇਖੀਏ ਫਿਰ ਮਾਰਤੀਆਂ ਦੋਨਾਂ ਟਰੈਕਟਰਾਂ ਦੀਆਂ ਸੈਲਫਾਂ। ਇਹ ਬਈ ਬਾਈ ਵੇਟ ਬਾਲਾ ਮਿੱਤਰੋ, ਡੈੱਕ ਡੁੱਕ ਕਰਕੇ ਉਹਦਾ ਗੇਅਰ ਛੋਟਾ ਰੱਖੀ, ਉਹਦਾ ਗੇਅਰ ਛੋਟਾ ਕਰਕੇ ਆਈਏ ਮਿੱਤਰੋ। ਹੁਣ ਦੇਖਦੇ ਆ ਮਿੱਤਰੋ, ਹੁਣ ਦੇਖਦੇ ਕੀ ਬਣਦਾ। ਬੱਲੇ 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 ਹੋਲੈਂਡ ਰੇਸਾਂ ਜਿਹੀਆਂ ਦਈ ਜਾਂਦਾ, ਪਰ ਟਾਇਰ ਨਹੀਂ ਘੁੰਮਦੇ ਪਏ ਮਿੱਤਰੋ ਹੋਲੈਂਡ ਦੇ। ਇਹਦਾ ਗੇਅਰ ਛੋਟਾ ਕਰਕੇ, ਇਹਦਾ ਗੇਅਰ ਵੀ ਮਿੱਤਰੋ ਪਹਿਲਾਂ ਲੋ ਕਰਤਾ 3rd ਸਪੀਡ ਹੋਣ ਕਰਕੇ ਬਈ, ਚਾਲ ਦੇਖੋ ਬਈ, ਪਹਿਲਾਂ ਲੋ ਅਤੇ ਫੁੱਲ ਰੇਸ ਬਈ ਯਾਰ। ਉੱਧਰ ਵੀ ਟਾਇਰ ਐਂ ਕਰਕੇ ਘੁੰਮਦੇ ਪਏ ਆ, ਕੋਈ ਚੱਕਰ ਨਾ ਪੈ ਜਾਵੇ ਮਿੱਤਰੋ ਟਰੈਕਟਰ ਦੇ ਵਿੱਚ, ਅਤੇ ਇਹਨੂੰ ਲਾਹ ਹੀ ਦਈਏ ਬਈ। ਲਓ ਵੀ ਮਿੱਤਰੋ ਟੈਸਟਿੰਗ ਜੀ ਦੇ ਲਈ ਮੈਂ ਕਿਹਾ ਮਾੜਾ ਜਿਹਾ ਤਾਂ ਕਮਾਲ ਬਣਦਾ ਹੈਗੇ ਨਹੀਂ, ਅਤੇ ਦੇਖੀਏ ਫਿਰ ਕੀ ਕਹਿੰਦਾ। ਲਓ ਵੀ ਮਿੱਤਰੋ ਦੋਨੇ ਟਰੈਕਟਰਾਂ ਦੀਆਂ ਸੈਲਫਾਂ ਮਾਰਤੀਆਂ, ਇਹ ਹੋ ਗਿਆ ਉਹ ਵੀ ਸਟਾਰਟ। ਚੱਲ ਬਾਈ ਮਿੱਤਰਾ, ਇਹ ਬਾਈ ਆਹ ਕੀ ਹੋ ਗਿਆ ਉਹ ਤੇਰੀ ਉਹ ਬੱਲੇ 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 ਰੋਕਲਾ ਰੋਕਲਾ ਬਈ, ਸੰਗਲ ਵੀ ਨਿਕਲ ਗਿਆ। ਅਤੇ ਬਈ ਹਜੇ ਹੁਣੇ ਮੋਡੀਫਾਈ ਕਰਕੇ ਲਿਆਂਦਾ, ਅਤੇ ਮਿੱਤਰੋ ਟਰੈਕਟਰ ਦੇਖੋ ਬਾਈ ਕਿਵੇਂ ਕੀਤਾ ਪਿਆ ਬਾਈ, ਇਹਨੂੰ ਬੈਕ ਗੇਅਰ ਪਾਈਏ, ਇਹਦਾ ਬੈਕ ਗੇਅਰ ਆ ਜਾ ਥੱਲੇ, ਮੇਰਾ ਬਾਈ ਬਣ ਕੇ ਥੱਲੇ ਆ ਜਾ ਹੈ, ਇਹ ਥੱਲੇ ਹੀ ਨਹੀਂ ਆਉਂਦਾ, ਥੱਲੇ ਆ ਜਾ ਚਾਚਾ ਜੀ ਥੱਲੇ ਆ ਜਾਓਗੇ, ਹੁਣ ਇੱਥੇ ਗੇੜੇ ਖਾਈ ਜਾਣੇ ਆ, ਜਮਾਂ ਰੱਬ ਨਹੀਂ ਮੂੰਹ ਹੋਇਆ ਪਿਆ ਮਿੱਤਰੋ। ਟਾਇਰ ਬਾਹਲੇ ਭਾਰੇ ਆ, ਮੂਹਰੇ ਵੇਟ ਪਾਉਣਾ ਪਊਗਾ ਜੇ ਤੋਂ ਕੋਈ ਵੀ ਕੰਮ ਲੈਣਾ। ਇਹ ਆ ਗਿਆ ਥੱਲੇ ਸੈੱਟ ਆ ਬਾਈ। ਸੋ ਲਓ ਵੀ ਮਿੱਤਰੋ ਅੱਜ ਮੋਡੀਫਾਈ ਹੋ ਕੇ ਦੋਨੇ ਟਰੈਕਟਰ ਆਪਣੇ ਆ ਗਏ ਆ, ਅਤੇ ਦੱਸਿਓ ਮੈਨੂੰ ਕਮੈਂਟਾਂ ਦੇ ਵਿੱਚ ਕਿਵੇਂ ਲੱਗੇ, ਠੀਕ ਹੈ ਜੀ। ਅਤੇ ਮਗਰ ਆਪਣਾ ਵੱਡੇ ਟਰਾਲੇ ਦੀ ਮਿੱਤਰੋ ਕਾਲੀ ਦੇ ਵਿੱਚ ਹੋਲੈਂਡ ਮਗਰੋਂ ਲਾਈ ਜਦੋਂ ਥੱਲੇ ਡੈੱਗ ਗਈ, ਉਹਨੂੰ ਵੀ ਕਰਦੇ ਆ ਸੈੱਟ, ਕੋਈ ਨਾ ਹੁਣ ਲੈਫਟ ਪਾ ਕੇ ਚੱਕੜੀ ਪੈਣੀ ਹੈ। ਸੋ ਕਿਵੇਂ ਦੀ ਲੱਗੀ ਵੀਡੀਓ ਅੱਜ ਦੀ ਮਿੱਤਰੋ, ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਮੈਨੂੰ ਲੱਗਦਾ ਕਿ ਤੁਹਾਨੂੰ ਘੈਂਟ ਲੱਗੇ ਹੋ, ਟਰੈਕਟਰ ਦੱਸਿਓ ਕਿਵੇਂ ਲੱਗੇ ਬਾਈ, ਮੈਨੂੰ ਤਾਂ ਮੋਡੀਫਾਈ ਕੀਤੇ ਹੋਏ ਬੜੇ ਘੈਂਟ ਲੱਗਦੇ ਆ। ਮਾੜਾ ਜਿਹਾ ਸਾਫ਼ ਕਰ ਦਈਏ ਮਿੱਤਰੋ, ਹਵਾ ਮਾਰ ਕੇ ਉਹ ਬੱਲੇ ਮਾੜੀ ਮੋਟੀ ਗਰਦ ਜੀ ਪੈ ਜਾਂਦੀ ਹੈ ਨਾ ਮਿੱਤਰੋ, ਫਿਰ ਮਾੜੀ ਮੋਟੀ ਹੋਲੈਂਡ ਕਿੱਥੇ ਆਪਣਾ। ਸੋ ਮਿੱਤਰੋ ਮੈਂ ਕਰਦਾ ਟਰੈਕਟਰ ਨੂੰ ਸਾਫ਼ ਅਤੇ ਲੈਂਦਾ ਅਲਵਿਦਾ। ਚਲੋ ਬਈ ਮਿੱਤਰੋ, ਬਾਏ ਬਾਏ, ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਅਤੇ ਨਾਟਕ ਕਹਿਣਾ ਸੋਨਾ ਲਈ ਕਾਲਾ ਬੋਟਿੰਗ ਸਿਸਟਮ ਹਜੇ ਵੀ ਚੱਲਦਾ ਪਿਆ, ਫਿਰ ਅਗਲੀ ਵੀਡੀਓ ਉਹਨਾਂ ਦੋਨਾਂ ਟਰੈਕਟਰਾਂ 'ਤੇ ਆਊਗੀ, ਫੁੱਲ ਮੋਡੀਫਾਈ ਲਿਆਵਾਂਗੇ ਦੋਨਾਂ, ਜਿਹਦੇ ਬਸ ਜਿੱਤੇ ਜ਼ਿਆਦਾ ਕਮੈਂਟ ਆਏ ਬਸ ਉਹ ਮੋਡੀਫਾਈ ਲਿਆਵਾਂਗੇ, ਫੁੱਲ ਮੈਂ ਕਹਿੰਦਾ ਇੰਜਣ ਗੇਅਰ ਸਭ ਕੁਛ ਲੁੱਕਸ ਵੀ, ਠੀਕ ਹੈ ਜੀ। ਅਤੇ ਬਾਏ ਬਾਏ ਮਿੱਤਰੋ, ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ। ਮੁੰਡੇ ਸਿਰ ਨੀ ਝੁਕਾਉਂਦੇ ਮਾਰਨਾ ਮਨਜ਼ੂਰੇ ਆ, ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰ ਆ, ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ ਪਹਿਲੀ, ਕੰਮ ਹੌਲੀ ਹੌਲੀ ਕਰਾਂ ਕਰਦਾ ਨਾ ਅਣਕਹਿਲੀ, ਮੁੰਡਾ ਪੱਟਿਆ ਰੱਖਾਂ ਨੇ ਤੇਰੀ ਨੋਜ਼ ਪੈਨ ਦਾ, ਤੇਰਾ ਝੂਟੇ ਖਾਂਦਾ ਲੱਕ ਮੇਰਾ ਸੀਨਾ ਬੈਨ ਦਾ, ਹੁਣ ਦੇ ਦੇ ਤੂੰ ਜਵਾਬ ਬਹੁਤਾ ਨਹੀਂ ਮੈਂ ਬੋਲਦਾ,
ਮੁੰਡਾ ਕੋਲੇ ਮੋਕੇ ਕੋਲ ਦਾ